ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਾਂਗੇ ਪੰਜਾਬ ਮੌਸਮ ਵਿੱਚ ਜੋ ਵੱਡੀ ਤਬਦੀਲੀ ਆ ਰਹੀ ਹੈ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਅਸਰ ਮੌਸਮ ਵਿਭਾਗ ਵੱਲੋਂ ਜਤਾਏ ਗਏ ਨੇ ਸੋ ਉਸ ਦੇ ਸਬੰਧਤ 22 ਅਤੇ 23 ਮਾਰਚ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨਾ ਕੁ ਮੀਂਹ ਪੈਣ ਦੇ ਅਸਾਰ ਨੇ ਉਸ ਸਬੰਧਤ ਜਾਣਕਾਰੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਚੈਨਲ ਤੇ ਆਪਾਂ ਲਗਾਤਾਰ ਮੌਸਮ, ਖੇਤੀਬਾੜੀ ਅਤੇ ਕਿਸਾਨੀ ਦੇ ਸਬੰਧਿਤ ਹਰ ਪ੍ਰਕਾਰ ਦੀਆਂ ਜਾਣਕਾਰੀਆਂ ਸਮੇਂ-ਸਮੇਂ ਤੇ ਲੈ ਕੇ ਆਉਂਦੇ ਰਹਿੰਨੇ ਆ। ਸੋ ਪੰਜਾਬ ਦਾ ਮੌਸਮ ਪਹਿਲਾਂ ਆਪਾਂ 22 ਮਾਰਚ ਦੀ ਗੱਲ ਕਰਦਿਆਂ 22 ਅਤੇ 23 ਮਾਰਚ ਇਹ ਦੋ ਦਿਨ ਹੋਣਗੇ ਜਿਨ੍ਹਾਂ ਵਿੱਚ ਪੰਜਾਬ ਵਿੱਚ ਜ਼ਿਆਦਾ ਮੀਂਹ ਪੈਣ ਦੇ ਸਾਰ ਜਿਹੜੇ ਜ਼ਿਆਦਾਤਰ ਦਿਖਾਈ ਦੇਣਗੇ ਤੇ ਇਸ ਦੌਰਾਨ 22 ਮਾਰਚ ਸਵੇਰ ਤੋਂ ਹੀ ਪੰਜਾਬ ਵਿੱਚ ਬਰਸਾਤੀ ਕਾਰਵਾਈਆਂ ਸ਼ੁਰੂ ਹੋਣਗੀਆਂ ਹਾਲਾਂਕਿ 21 ਮਾਰਚ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਆਪਾਂ ਨੂੰ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲੇਗਾ ਪਰ ਜੋ ਜ਼ਿਆਦਾ ਜਿਹੜੇ ਤਕੜੇ ਸਾਰ ਬਣ ਰਹੇ ਨੇ ਉਹ 22 ਅਤੇ 23 ਮਾਰਚ ਦੇ ਦੌਰਾਨ ਦਿਖ ਰਹੇ ਨੇ ਸੋ ਇਨਾਂ 48 ਘੰਟਿਆਂ ਦਰਮਿਆਨ ਪੰਜਾਬ ਦੇ ਪਹਿਲਾਂ ਕਰਦ ਕਰ ਰਹੇ ਨੇ ਵੀ ਜਿਹੜੇ ਇਲਾਕਿਆਂ ਵਿੱਚ ਮੀਂਹ ਹਲਕੇ ਤੋਂ ਲੈ ਕੇ ਦਰਮਿਆ ਕੁਸਰਮਾਨ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਮੋਗਾ ਫਰੀਦਕੋਟ ਕੁਝ ਭਾਗ ਫਿਰੋਜ਼ਪੁਰ ਦੇ ਬਰਨਾਲਾ ਸੰਗਰੂਰ ਪਟਿਆਲਾ ਕੁਝ ਭਾਗ ਲੁਧਿਆਣਾ ਦੇ ਹੋਣਗੇ ਦੱਖਣੀ ਇਸ ਤੋਂ ਇਲਾਵਾ ਫਤਿਹਗੜ ਸਾਹਿਬ ਤੇ ਮੁਹਾਲੀ ਇਹ ਜੋ ਇਲਾਕੇ ਹੋਣਗੇ ਇਹਨਾਂ ਇਲਾਕਿਆਂ ਵਿੱਚ ਅਸਾਰ ਨੇ ਕਿ ਮੀਂਹ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਰਹੇਗਾ ਮਤਲਬ ਇਹਨਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਮੀਂਹ ਹਲਕਾ ਫੁਲਕਾ ਬੂੰਦਾਬੰਦੀ ਰੂਪ ਰਹੇਗਾ ਤੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਤੱਕ ਮੀਂਹ ਰਹਿ ਸਕਦਾ ਹੈ ਤੇ ਅਗਲੇ ਇਲਾਕੇ ਗੱਲ ਕਰਦੇ ਆਂ ਵੀ ਜਿਹੜੇ ਇਲਾਕਿਆਂ ਵਿੱਚ ਦਰਮਿਆਨੇ ਤੋਂ ਲੈ ਕੇ ਭਾਰੀ ਵੀ ਪੈ ਸਕਦਾ ਤਾਂ ਉਸ ਦੇ ਵਿੱਚ ਤਰਨਤਾਰਨ ਤੋਂ ਲੈ ਕੇ ਅਮਰਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅਤੇ ਲੁਧਿਆਣੇ ਜ਼ਿਲ੍ਹੇ ਦੇ ਕੁਝ ਉੱਤਰੀ ਭਾਗ ਹੋ ਜਾਣਗੇ ਤੇ ਕੁਝ ਪੱਛਮੀ ਭਾਗ ਤੇ ਇਸ ਦੇ ਨਾਲ ਹੀ ਮੋਗੇ ਜ਼ਿਲ੍ਹੇ ਦੇ ਕੁਝ ਜਿਹੜੇ ਦੱਖਣੀ ਭਾਗ ਸੌਰੀ ਉੱਤਰੀ ਭਾਗ ਹੋਣਗੇ ਜਿਹੜੇ ਜਿਹੜੇ ਕੀ ਫਿਰੋਜ਼ਪੁਰ ਤੇ ਲੁਧਿਆਣਾ ਸਾਈਡ ਵੱਲ ਪੈਣਦੇ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਦਰਮਿਆਨਾ ਵੀ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗਾ ਤੇ 1-2 ਲੱਖਾਂ ਵਿੱਚ ਭਾਰੀ ਵੀ ਪੈਣ ਦੇ ਵੀ ਅਸਾਰ ਦਿਖ ਰਹੇ ਨੇ ਜਿਆਦਾ ਭਾਰੀ ਮੀਂਹ ਸਾਰ ਦੇ ਸਾਰ ਹੋਣਗੇ ਜਿਹੜੇ ਕਿ ਉਹ ਤਰਨਤਾਰ ਤੋਂ ਲੈ ਕੇ ਅਮਰਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ ਅਤੇ ਕੁਝ ਭਾਗ ਹੁਸ਼ਿਆਰਪੁਰ ਦੇ ਹੋਣਗੇ। ਇਨ੍ਹਾਂ ਜ਼ਿਲ੍ਹਿਆਂ ਦੇ ਇੱਕ ਦੋ ਹਿੱਸਿਆਂ ਵਿੱਚ ਤੇਜ਼ ਗਰਜ ਚਮਕ ਦੇ ਨਾਲ ਜਿਹੜਾ ਤੇਜ਼ ਸ਼ਰਾਟੇਦਾਰ ਮੀਂਹ ਉਹ ਕੁਝ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ। ਤੇ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ ਤੇ ਇਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਦਰਮਿਆਨੇ ਰੂਪ ਤੱਕ ਹੀ ਰਹਿਣ ਦੇ ਸਾਰ ਨੇ ਕੁਝ ਹਿੱਸਿਆਂ ਵਿੱਚ ਮੀਂਹ ਹਲਕਾ ਰਹੇਗਾ ਤੇ ਇੱਕ ਦੋ ਭਾਗਾਂ ਵਿੱਚ ਮੀਂਹ ਦਰਮਿਆਨਾ ਪੈ ਸਕਦਾ ਹੈ। ਤੇ ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਕੁਝ ਹਿੱਸਿਆਂ ਵਿੱਚ ਗੜੇਮਾਰੀ ਹੋਰ ਦੇਖਣ ਨੂੰ ਵੀ ਮਿਲ ਸਕਦੀ ਹੈ ਕਿਉਂਕਿ ਜਿਹੜੇ ਅਸਰ ਮੌਸਮ ਵਿਭਾਗ ਵੱਲੋਂ ਜਤਾਏ ਗਏ ਨੇ ਜਿਸ ਦੇ ਚੱਲਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੇ ਨਾਲ ਨਾਲ ਗਰਜ ਚਮਕ ਤੇ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਗੜੇਮਾਰੀ ਹੋਣ ਦੇ ਵੀ ਅਸਾਰ ਦਿਖ ਰਹੇ ਨੇ ਕਿਉਂਕਿ ਇਹ ਜੋ ਸਿਸਟਮ ਪਹੁੰਚ ਰਿਹਾ ਹੈ ਇਹ ਸਿਸਟਮ ਜਿਹੜਾ ਕਾਫੀ ਤਕੜੇ ਪੱਧਰ ਦਾ ਸਿਸਟਮ ਹੈ ਜਿਸ ਕਰਕੇ ਪੰਜਾਬ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਜਿਹੜਾ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਪ੍ਰੀ ਮੌਨਸੂਨ ਦੀ ਤਾਂ ਉਸ ਸੀਜ਼ਨ ਦਾ ਜਿਹੜਾ ਪਹਿਲਾ ਤਕੜਾ ਜਿਹੜਾ ਸਿਸਟਮ ਪਹੁੰਚ ਰਿਹਾ ਹੈ ਕਈ ਹਿੱਸਿਆਂ ਵਿੱਚ ਆਪਾਂ ਨੂੰ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ